ਨਸ਼ੇ ਦਾ ਦਲਦਲ ਆ ਇਹ ਜਿਹੜਾ ਵੱਧਦਾ ਹੀ ਜਾ ਰਿਹਾ, ਵੀ ਦਿਨ ਦਿਹਾੜੇ ਮਾਵਾਂ ਦੇ ਪੁੱਤ ਮਰਦੇ ਪਏ ਨੇ, ਭਈ ਉਹਦੀ ਸੇਲ ਨਹੀਂ ਲੱਗ ਰਹੀ ਸ਼ਰੇਆਮ, ਬਾਕੀ ਨਸ਼ੇ ਦੀ ਕਿੱਥੇ ਠੱਲ ਪਈ ਆ। ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਭਈ ਇੱਕ ਨਸ਼ੇ ਦਾ ਦਲਦਲ ਆ ਇਹ ਜਿਹੜਾ ਵੱਧਦਾ ਹੀ ਜਾ ਰਿਹਾ, ਭਈ ਇੱਕ ਪ੍ਰਸ਼ਾਸਨ ਜਿਹੜਾ ਮੁੱਖ ਮੰਤਰੀ ਸਾਹਿਬ ਲੰਬੀਆਂ ਬਾਹਾਂ ਕਰਕੇ ਕਹਿੰਦੇ ਆ ਭਈ ਨਸ਼ੇ ਨੂੰ ਠੱਲ ਪਾਈ ਜਾ ਰਹੀ ਆ, ਉਹ ਕਿੱਥੇ ਠੱਲ ਪੈ ਰਹੀ ਆ। ਵੀ ਦਿਨ ਦਿਹਾੜੇ ਮਾਵਾਂ ਦੇ ਪੁੱਤ ਮਰਦੇ ਪਏ ਨੇ, ਦਿਨ ਦਿਹਾੜੇ ਨਸ਼ੇ ਦੀ ਇੱਕ ਇਹ ਚੀਜ਼ ਹੋ ਰਹੀ ਹੈ ਭਈ ਉਹਦੀ ਸੇਲ ਨਹੀਂ ਲੱਗ ਰਹੀ ਸ਼ਰੇਆਮ, ਬਾਕੀ ਨਸ਼ੇ ਦੀ ਕਿੱਥੇ ਠੱਲ ਪਈ ਹੈ, ਕੋਈ ਠੱਲ ਨਹੀਂ ਪਈ। ਅਤੇ ਪੁਲਿਸ ਪ੍ਰਸ਼ਾਸਨ ਜੇ ਆਪਾਂ ਕਹੀਏ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ, ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ, ਪਰ ਜਿਹੜੇ ਥੱਲੜੇ ਅਫਸਰ ਨੇ ਜਿਹੜੇ ਥੱਲੜੇ ਚੌਂਕੀ 'ਚ ਜਾਂ ਥਾਣਿਆਂ 'ਚ ਉਹ ਕੰਮ ਕਰਕੇ ਰਾਜ਼ੀ ਨਹੀਂ ਹੈਗੇ। ਕਿਉਂ? ਕਿਉਂ ਕਿਸੇ ਨਾ ਕਿਸੇ MLA ਦਾ ਫੋਨ ਚਲੇ ਜਾਂਦਾ, ਆਹ ਮੈਨੂੰ ਜਿਹੜਾ ਵਾ ਅੱਜ ਸ਼ਿਕਾਇਤਾਂ ਲੈ ਕੇ ਵਾਰ ਵਾਰ CP ਦਫ਼ਤਰ ਕਿਉਂ ਆਉਣਾ ਪੈਂਦਾ। ਮੈਂ ਇੱਕ ਸਪੁਰਦਰੀ ਨੂੰ ਲੈ ਕੇ ਆ ਰਿਹਾ, ਸਪੁਰਦਰੀ ਜਿਹੜੀ ਇੱਕ ਰਿਸ਼ਵਤ ਤੌਰ 'ਤੇ ਲੈ ਕੇ ਕੀਤੀ ਗਈ ਸੀ, ਇੱਕ ਪੈਸੇ ਲੈ ਕੇ ਕੀਤੀ ਗਈ ਸੀ, ਪੈਸਿਆਂ ਦੀ ਮੰਗ ਨੂੰ ਲੈ ਕੇ ਕੀਤੀ ਗਈ ਸੀ ASI ਗੁਰਚਰਨ ਵੱਲੋਂ। ਉਹਦਾ ਮੈਂ ਪੁਖਤਾ ਪਰੂਫ ਵੀ ਦਿੱਤਾ ਵੀ ਜਿਹੜਾ ਉਹਨੇ ਰਿਸ਼ਵਤ ਲਿੱਤੀ ਹੈ, ਇੱਕ ਰਿਸ਼ਵਤ ਕਹਿੰਦੇ ਨਾ ਰਿਸ਼ਵਤ ਬੰਦਾ ਸਾਬਤ ਨਹੀਂ ਕਰ ਸਕਦਾ, ਆਹ ਪੂਰਨ ਤੌਰ 'ਤੇ ਆਹ ਦੇਖ ਸਕਦੇ ਹੋ ਤੁਸੀਂ, ਆਹ ਪੂਰਨ ਤੌਰ 'ਤੇ ਮੈਂ ਰਿਸ਼ਵਤ ਦੇ ਜਿਹੜੇ ਸਬੂਤ ਨੇ ਉਹ ਵੀ ਪੁਲਿਸ ਪ੍ਰਸ਼ਾਸਨ ਨੂੰ ਦੇ ਰਿਹਾ ਵੀ ਇਹਦੇ ਖਿਲਾਫ਼ ਜਿਹੜੀ ਕਾਰਵਾਈ ਆ। ਤੁਸੀਂ ਕਹਿੰਦੇ ਹੋ ਵੀ ਅਸੀਂ ਵਿਜੀਲੈਂਸ ਨੇ ਉਹਨੂੰ ਫੜ ਲਿਆ, ਵਿਜੀਲੈਂਸ ਨੇ ਉਹਨੂੰ ਫੜ ਲਿਆ, ਪੁਲਿਸ ਪ੍ਰਸ਼ਾਸਨ ਹੈ ਨਾ, ਮੈਂ ਇਹਦੇ ਖਿਲਾਫ਼ ਕਹਿੰਦਾ ਵੀ ਇਹਦੇ ਖਿਲਾਫ਼ ਕੀ ਕਾਰਵਾਈ ਆ। ਦੇਖੋ ਜਿਹੜੀ ਮਸਲਾ ਸੀਗਾ ਜੀ, 307 ਦਾ ਮੁਕੱਦਮਾ ਇਹਨਾਂ ਨੇ ਦਰਜ ਕੀਤਾ ਸੀ ਪ੍ਰੀਟੀਕਲ ਪ੍ਰੈਸ਼ਰ ਦੇ ਵਿੱਚ ਆ ਕੇ, ਇਹ ਮਾਲਟਨ ਥਾਣਾ। ਅਤੇ ਜਿਹੜਾ ਅੱਜ 40 ਵਾਰਦਾਤਾਂ ਦੇ ਵਿੱਚ ਮਤਲਬ ਫੜਿਆ ਗਿਆ, ਉਹਦੇ ਇੱਕ ਬਿਆਨਾਂ 'ਤੇ 307 ਦਾ ਮੁਕੱਦਮਾ ਸਾਡੇ ਸਮਾਜ ਸੇਵੀ 'ਤੇ ਕੀਤਾ ਗਿਆ ਸੀਗਾ, ਅਤੇ ਅੱਜ ਉਹ 40 ਵਾਰਦਾਤਾਂ ਦੇ ਵਿੱਚ ਫੜਿਆ ਗਿਆ। ਅਤੇ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਸੀ, ਇਹੀ ਹਰਕਤਾਂ ਇਹਨਾਂ ਨੇ ਪਹਿਲੇ ਕੀਤੀਆਂ ਸੀਗੀਆਂ ਇਹ ਥਾਣੇਦਾਰ ਨੇ, ਪੈਸੇ ਲੈ ਕੇ ਅਤੇ ਪ੍ਰੀਟੀਕਲ ਪ੍ਰੈਸ਼ਰ, ਉਹਨਾਂ ਨੇ 307 ਦਾ ਮੁਕੱਦਮਾ ਕੀਤਾ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਰਜ਼ਾਮੰਦੀ ਕਰਾਤੀ, ਰਾਜ਼ੀਨਾਮਾ ਹੋ ਗਿਆ। ਅਤੇ ਚਲੋ ਮੈਨੂੰ ਹੁਣ ਥਰੈਡ ਕਾਲ ਸੀਗੀਆਂ, ਥਰੈਡ ਕਾਲ ਰੂਟੀਨ ਵਾਈਜ਼ ਜਿਹੜੀ ਜੇਲ੍ਹ 'ਚੋਂ ਵੈਰੀਫਾਈ ਵੀ ਹੋ ਚੁੱਕੀਆਂ ਨੇ। ਮੈਂ ਸ਼ਾਬਾਸ਼ੀ ਦਿੰਦਾ, ਇੱਕ ਹੌਂਸਲਾ ਵਧਾਈ ਕਰਦਾ ਥਾਣਾ SHO ਮਾਲਟੋ ਨੂੰ ਵੀ ਜੋ ਬਹੁਤ ਵਧੀਆ ਕੰਮ ਕਰ ਰਹੇ ਆ, ਵੀ ਬੰਦਾ ਵੀ ਉਹਨਾਂ ਨੇ ਟਰੇਸ ਕਰ ਲਿਆ ਜਿਹੜਾ ਥਰੈਡ ਮੈਨੂੰ ਕਾਲ ਕਰ ਰਿਹਾ ਵੀ ਜੇਲ੍ਹ ਦੇ ਵਿੱਚ ਆ, ਜੇਲ੍ਹ ਦੇ ਵਿੱਚੋਂ ਮੈਨੂੰ ਥਰੈਡ ਕਾਲ ਆ ਰਹੀਆਂ। ਕੱਲ੍ਹ ਨੂੰ ਮੈਨੂੰ ਕੁਛ ਵੀ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਆ? ਪੁਲਿਸ ਪ੍ਰਸ਼ਾਸਨ। ਮੈਂ ਇੱਕ ਠੋਕੇ ਕਹਿ ਕੇ ਜਾ ਰਿਹਾ, ਜੇ ਮੇਰੇ ਨਾਲ ਕੱਲ੍ਹ ਨੂੰ ਕੋਈ ਵੀ ਹੈਪਨਿੰਗ ਹੁੰਦੀ ਆ ਉਹਦਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਕਿਉਂ? ਕਿਉਂਕਿ ਦੇਖੋ ਮੈਂ ਦਰਖਾਸਤਾਂ ਦੇ ਕੇ ਥੱਕ ਚੁੱਕਾ ਵਾਂ, ਹਜੇ ਤੱਕ ਕੋਈ ਕਾਰਵਾਈ ਨਹੀਂ, ਕੋਈ ਕਾਰਵਾਈ ਨਹੀਂ ਕਿਸੇ ਕਿਸਮ ਦੀ। ਜਿਹੜੀ ਮੇਰੀ ਸਪੁਰਦਰੀ ਆ, ਵੈਪਨ ਦੀ ਸਪੁਰਦਰੀ ਆ, ਜਦ ਕੋਰਟ ਨੇ ਕਰਤੀ, ਮਾਣਯੋਗ ਜੱਜ ਸਾਹਿਬ ਨੇ ਕਰਤੀ, ਤਾਂ ਮੈਨੂੰ ਇਹ ਦੱਸੋ ਭਈ ਜਿਹੜਾ ਵੈਪਨ ਹੈ ਉਹ ਹੈ ਕਿੱਥੇ ਆ? ਦਸੰਬਰ ਦੀ ਸਪੁਰਦਰੀ ਤੁਸੀਂ ਆਪ ਹਿਸਾਬ ਲਾ ਲਓ ਭਈ। ਆਹ ਮੈਂ ਜੀ ਬਿਲਕੁਲ, ਕਮਿਸ਼ਨਰ ਸਾਹਿਬ ਨੇ ਹੌਂਸਲਾ ਵਧਾਈ ਕਰਕੇ ਭੇਜਤਾ ਸੀਗਾ ਭਈ 3 ਦਿਨਾਂ 'ਚ ਤੁਹਾਡਾ ਵੈਪਨ ਆ ਜੂਗਾ, ਪਰ ਕੋਈ ਵੈਪਨ ਨਹੀਂ ਆਇਆ। ਆਹ ਸਪੁਰਦਰੀ ਦੇ ਮੇਰੇ ਕੋਲ ਕਾਗਜ਼ ਨੇ ਵੀ ਮਿਲੇ ਹੋ, ਕੀ ਕਹਿੰਦੇ ਨੇ? ਮੈਂ ਆਹ ਦੇਖੋ ਜੀ, ਆਹ ਸਪੁਰਦਰੀ ਆ, ਆਹ ਜਿਹੜੀ ਕੋਰਟ ਦੇ ਵਿੱਚੋਂ ਹੋਈ ਹੋਈ ਹੈ ਦਸੰਬਰ ਮਹੀਨੇ ਦੀ ਹੋਈ ਹੈ, ਪਰ ਨਹੀਂ ਕੋਈ ਇਹਨੂੰ ਮੰਨਣ ਨੂੰ ਰਾਜ਼ੀ ਨਹੀਂ। ਠੀਕ ਹੈ, ਅਤੇ ਮੈਨੂੰ ਥਰੈਡ ਕਾਲ ਨੇ, ਤੁਸੀਂ ਆਪ ਸਮਝਦਾਰ ਹੋ ਭਈ, ਹੁਣ ਮੈਂ ਮੰਗ ਕਰਦਾ, ਮੈਂ ਕੋਰਟ ਆਫ ਕੰਡਮਟ ਕਰਾਂਗਾ, ਮੈਂ ਹਾਈ ਕੋਰਟ ਦੇ ਵਿੱਚ ਜਿੱਦਾਂ ਪਹਿਲਾਂ ਵੀ ਆਹ ਦੇਖੋ ਮੈਨੂੰ ਸਿਕਿਉਰਿਟੀ ਦੀ ਸੀਗੀ ਭਈ, ਸਿਕਿਉਰਿਟੀ ਦੀ ਸੀਗੀ। ਹਾਈ ਕੋਰਟ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਭਈ ਇਹਨੂੰ ਸਿਕਿਉਰਿਟੀ ਦਿੱਤੀ ਜਾਵੇ, ਇਹਦੀ ਪ੍ਰੋਟੈਕਸ਼ਨ ਕੀਤੀ ਜਾਵੇ, ਪਰ ਨਹੀਂ, ਮੈਨੂੰ ਨਹੀਂ ਲੱਗਦਾ ਭਈ ਹਾਈ ਕੋਰਟ ਨੂੰ ਪੁਲਿਸ ਪ੍ਰਸ਼ਾਸਨ ਮੰਨਦਾ।
ਸੋ ਇਸ ਲਈ ਮੈਂ ਦੁਬਾਰਾ ਕੋਰਟ ਆਫ ਕੰਟੈਂਪਟ ਕਰਾਂਗਾ ਤਾਂ ਜੋ ਜਿਹੜੀ ਮੇਰੀ ਪਿਸਤੌਲ ਦਾ ਵਾਰ ਵਾਰ ਦਾ ਮੈਂ ਆਹ ਵੀ ਇਹਨਾਂ ਕੋਲ ਦਰਖਾਸਤਾਂ ਲੈ ਕੇ ਆਉਂਦਾ ਵੀ ਇਹਦੇ ਤੋਂ ਮੇਰਾ ਛੁਟਕਾਰਾ ਹੋ ਜੂਗਾ, ਇੱਕ ਹਾਈ ਕੋਰਟ ਨੂੰ ਦੁਬਾਰਾ ਤੋਂ ਪਤਾ ਲੱਗ ਜੂਗਾ ਵੀ ਆਹ ਜਿਹੜਾ ਪਹਿਲੇ ਰੋਲਾ ਚੱਲਦਾ ਸੀ ਦੁਬਾਰਾ ਕਿਸ ਤਰੀਕੇ ਨਾਲ ਚੱਲ ਰਿਹਾ। ਅਤੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ, ਇੱਕ ਸਰਪੰਚ ਸਾਹਿਬ ਦੇ ਖਿਲਾਫ ਜਿਹੜਾ ਸਰਪੰਚ ਦਲ ਪੰਥ ਨੂੰ ਦਲਾਲ ਦੱਸ ਰਿਹਾ ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਵੀ ਜਿਹੜਾ ਅੱਜ ਤੋਂ ਬਾਅਦ ਕੋਈ ਵੀ ਜਿਹੜੇ ਸੱਚੇ ਸੁੱਚੇ ਨਿਹੰਗ ਸਿੰਘ ਨੇ ਉਸ ਗੁਰੂ ਸਾਹਿਬ ਦੀ ਲਾਡਲੀ ਫੌਜ ਆ ਉਹਨਾਂ ਦੇ ਬਾਰੇ ਗਲਤ ਬੋਲਣ ਲਈ 100 ਵਾਰ ਸੋਚੇ, ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ। ਅਤੇ ਬਾਕੀ ਦੇਖੋ ਮੈਂ ਸਾਰੇ ਹੀ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਜਿਹੜੇ ਵੀ ਇੱਕ ਨਿੱਕੇ ਜਿਹੇ ਮੈਸੇਜ 'ਤੇ ਵੀ ਸਾਰੇ ਪਹੁੰਚਦੇ ਹੋ ਤੁਸੀਂ। ਅਤੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਅਪੀਲ ਅਤੇ ਬੇਨਤੀ ਵੀ ਕਰਨਾ ਚਾਹੁੰਦਾ, ਜੋ ਸਾਡੇ ਪੱਤਰਕਾਰ ਭਾਈਚਾਰੇ ਨਾਲ ਧੱਕਾ ਹੋ ਰਿਹਾ ਉਹਨੂੰ ਵੀ ਥੋੜ੍ਹੀ ਜਿਹੀ ਠੱਲ ਪਾਈ ਜਾ ਸਕੇ। ਹੁਣ ਅਗਲੀ ਰਾਜਨੀਤੀ ਇਹ ਆ ਜੇ ਸੁਣਵਾਈ ਨਾ ਹੋਈ ਤਾਂ ਫਿਰ ਅੱਗੇ ਦੇਖੋ ਜਿਹੜੇ ਧਰਨੇ ਪ੍ਰਦਰਸ਼ਨ ਨੇ ਹਾਈ ਕੋਰਟ ਦੇ ਵਿੱਚ ਕੋਰਟ ਆਫ ਕੰਡਕਟ ਮੈਂ ਕਰਨ ਲੱਗਾ ਕੱਲ੍ਹ ਨੂੰ, ਉਹ ਕਰਕੇ ਉਸ ਤੋਂ ਬਾਅਦ ਦੇਖਾਂਗੇ ਜੋ ਹਾਈ ਕੋਰਟ ਦਾ ਫੈਸਲਾ ਹੋਇਆ ਉਸ ਮੁਤਾਬਕ ਅਗਲੀ ਕਾਰਵਾਈ ਆਪਾਂ ਕਰਾਂਗੇ ਫਿਰ।